ਅਕਾਲ ਜੀ, ਮੇਰਾ ਨਾਮ ਹੈ ਜਗਜੀਤ ਸੰਧੂ ਅਤੇ ਕਿੱਸਾ ਪੰਜਾਬ 'ਚ ਤੁਸੀਂ ਮੈਨੂੰ ਸਪੀਡ ਦੇ ਕਰੈਕਟਰ 'ਚ ਦੇਖੋਗੇ। ਕਿੱਸਾ ਪੰਜਾਬ ਦਾ ਸਪੀਡ ਇੱਕ ਸਲਾਮੀ ਏਰੀਏ ਦਾ 18-19 ਸਾਲ ਦਾ ਲੜਕਾ ਹੈ ਜਿਹਨੂੰ ਗਾਈਡੈਂਸ ਨਹੀਂ ਮਿਲੀ ਕਿ ਉਹ ਕੀ ਕਰਨਾ ਲਾਈਫ 'ਚ। ਉਹਦੇ ਨਾਲ ਨਹੀਂ, ਕਈਆਂ ਨੂੰ ਐਂ ਹੁੰਦਾ ਕਿ ਲਾਈਫ 'ਚ ਗਾਈਡੈਂਸ ਨਹੀਂ ਮਿਲਦੀ, ਉਹ ਵਿਚਾਰੇ ਇੱਧਰ ਉੱਧਰ ਭਟਕਦੇ ਰਹਿੰਦੇ ਆ, ਲਾਈਫ ਦਾ ਕੋਈ ਟਾਰਗੇਟ ਨਹੀਂ ਹੁੰਦਾ, ਪਤਾ ਨਹੀਂ ਹੁੰਦਾ ਕੀ ਕਰੀਏ। ਇਸੇ ਚੱਕਰਾਂ 'ਚ ਉਹ ਚੇਨਾਂ ਚੁੰਨਾਂ ਲਾਉਂਦਾ ਕੁੜੀਆਂ ਦੀਆਂ, ATM ਲੁੱਟਦਾ, ਇੱਧਰੋਂ ਛਿੱਤਰ ਖਾ ਲਏ, ਇੱਧਰੋਂ ਛਿੱਤਰ ਖਾ ਲਏ, ਅਵਾਰਾ ਗਰਦੀ ਟੈਪ। ਉਹਦਾ ਇੱਕੋ ਹੀ ਸੁਪਨਾ ਹੈ ਕਿ ਜਿਵੇਂ ਮੋਸਟਲੀ ਪੰਜਾਬੀਆਂ 'ਚ ਹੁੰਦਾ ਹੀ ਹੈ ਨਾ, ਜਦ ਆਈਲੈਟਸ ਕਰਕੇ ਬਾਹਰ ਚਲੇ ਜਾਓ, ਜੇ ਨਹੀਂ ਹੁੰਦਾ ਤਾਂ ਕਿ ਜਗਾੜ ਜਗੂੜ ਜਿਹਾ ਲਾ ਕੇ ਬਾਹਰ ਜਾਣਾ। ਤਾਂ ਉਹਦਾ ਵੀ ਟਾਰਗੇਟ ਹੈ ਕਿ ਸਾਰੇ ਪੈਸੇ ਇਕੱਠੇ ਕਰਦਾ ਅਤੇ ਉਹਨੇ ਪੈਸੇ ਕਮਾ ਕੇ ਇਟਲੀ ਜਾਣਾ ਕਿਸੇ ਵੀ ਤਰੀਕੇ। ਮੇਰਾ ਛੋਟਾ ਜਿਹਾ ਪਿੰਡ ਹੈ ਮੁੱਦਗੜ੍ਹ ਛੰਨਾ, ਡਿਸਟ੍ਰਿਕਟ ਫਤਿਹਗੜ੍ਹ ਸਾਹਿਬ 'ਚ, ਅਮਲੋਹ ਬਲੋਕ 'ਚ। ਅਤੇ ਫੈਮਿਲੀ ਬੈਕਗਰਾਊਂਡ ਉਹੀ ਜੱਟਾਂ ਵਾਲਾ ਕੰਮ ਆਪਣਾ, ਕੋਈ ਐਡੀ ਹੈ ਨਹੀਂ, ਫਿਲਮ ਬੈਕਗਰਾਊਂਡ ਸਿੰਪਲ ਜਿਹਾ ਸੀ। ਪਰ ਬਚਪਨ 'ਚ ਛੋਟਾ ਸੀ ਬਹੁਤ, 5ਵੀਂ ਕਲਾਸ 'ਚ ਸਕੂਲ 'ਚ ਕਿਸੇ ਨੇ ਦੇਖਿਆ ਇੱਕ ਸ਼ਰਾਰਤੀ ਜਿਹਾ ਹੈਗਾ, ਤਾਂ ਕੋਈ ਥੀਏਟਰ ਟੀਮ ਮੈਨੂੰ ਹੈਂਗ ਕਰਕੇ ਲੈ ਗਈ। ਮੈਨੂੰ ਨਹੀਂ ਸੀ ਪਤਾ ਵੀ ਉਹ ਸਾਰੀ ਜ਼ਿੰਦਗੀ ਮੇਰੇ ਨਾਲ ਹੀ ਚੱਲੂਗਾ, ਮੈਨੂੰ ਤਾਂ ਪਤਾ ਵੀ ਨਹੀਂ ਸੀ ਹੁੰਦਾ ਨਾਟਕ ਹੁੰਦਾ ਕੀ। ਚਲਾ ਗਿਆ ਬਚਪਨ 'ਚ, ਪਤਾ ਨਹੀਂ ਸੀ ਵੀ ਨਾਟਕ ਹੁੰਦਾ ਕੀ ਆ, ਕਰ ਰਹੇ ਹਾਂ ਜਾ ਕੇ ਸਟੇਜਾਂ 'ਤੇ ਸ਼ੋਅ। ਅਤੇ ਹੌਲੀ ਹੌਲੀ ਮੈਨੂੰ 3-4 ਸਾਲਾਂ 'ਚ ਪਤਾ ਲੱਗਿਆ ਕਿ ਮੈਂ ਯਾਰ ਨਾਟਕ ਕਰ ਰਿਹਾ, ਵੀ ਥੀਏਟਰ ਹੁੰਦਾ, ਇੱਦਾਂ ਹੁੰਦਾ। ਫਿਰ ਮੇਰੇ ਟਾਰਗੇਟ ਕਲੀਅਰ ਹੋ ਗਏ ਕਿ ਐਕਟਿੰਗ ਵੱਲ ਹੀ ਜਾਣਾ, ਅਤੇ ਉਸ ਤੋਂ ਬਾਅਦ ਟਾਰਗੇਟ ਬਣਿਆ ਕਿ ਮੈਂ MA ਕਰੂੰ ਥੀਏਟਰ ਦੀ। NSD ਵੀ ਅਪਲਾਈ ਕੀਤਾ, ਉੱਥੇ ਬਣਿਆ ਨਹੀਂ। ਫਿਰ ਮੈਂ MA ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਇੰਡੀਅਨ ਥੀਏਟਰ ਡਿਪਾਰਟਮੈਂਟ ਤੋਂ ਕੀਤੀ। ਅਤੇ ਇਸ ਤੋਂ ਪਹਿਲਾਂ ਸਕੂਲ ਟਾਈਮ ਵੀ ਥੀਏਟਰ ਚੱਲਦਾ ਸੀ, ਕਾਲਜ ਟਾਈਮ ਵੀ ਚੱਲਦਾ ਰਿਹਾ, ਹੁਣ ਵੀ ਚੱਲਦਾ, ਅਤੇ ਸਾਰੀ ਉਮਰ ਚੱਲਦੇ ਹੀ ਰਹੇ। ਕਿਉਂਕਿ ਉਹਨਾਂ ਨੂੰ ਬਹੁਤਾ ਪਤਾ ਨਹੀਂ ਸੀ ਵੀ ਇਹ ਹੁੰਦਾ ਕੀ ਆ, ਉਹਨਾਂ ਨੇ ਤਾਂ ਉਹੀ ਕੰਮ ਆ ਯਾਰ, ਮਰਾਸੀ ਵਾਲੇ ਕੰਮ ਕਰੀ ਜਾਂਦਾ ਯਾਰ ਤੂੰ, ਨਾਟਕ ਡਰਾਮੇ ਜੇ ਕਰੀ ਜਾਂਦਾ। ਉਹਨਾਂ ਨੇ ਨਾਟਕ ਦਾ ਮਤਲਬ ਰਾਮਲੀਲਾ ਹੀ ਸੀ ਸ਼ੁਰੂ ਸ਼ੁਰੂ 'ਚ। ਫਿਰ ਜਦੋਂ ਮੇਰੇ ਟਾਰਗੇਟ ਹੀ ਐਡੇ ਕਲੀਅਰ ਹੋ ਗਏ ਵੀ ਮੈਂ ਲਾਈਫ 'ਚ ਕੁਛ ਕਰਨਾ ਹੀ ਨਹੀਂ ਹੋਰ, ਕਿ ਮੇਰੇ 'ਤੇ ਇੰਨੀ ਕਿਰਪਾ ਕਰਦੇ ਹੋ ਵੀ ਤੁਸੀਂ ਮੈਨੂੰ ਰੋਕਣਾ ਨਹੀਂ ਇਹ ਕੰਮ ਕਰਨ, ਜੇ ਤੁਸੀਂ ਮੈਨੂੰ ਸਪੋਰਟ ਨਹੀਂ ਕਰ ਸਕਦੇ ਕਮ ਸੇ ਕਮ ਮੈਨੂੰ ਰੋਕੋ ਨਾ। ਤਾਂ ਉਹਨਾਂ ਨੂੰ ਲੱਗਿਆ ਕਿ ਇਹ ਹੁਣ ਮੁੜਦਾ ਨਹੀਂ, ਇਹ ਹੱਥੋਂ ਨਿਕਲ ਗਿਆ, ਅਤੇ ਉਹਨਾਂ ਨੇ ਮੈਨੂੰ ਸਹੀ ਗੱਲ ਆ ਰੋਕਿਆ ਵੀ ਨਹੀਂ, ਕਿਉਂਕਿ ਮੇਰੀ ਜਿਹੜੀ ਇਨਵਾਇਰਮੈਂਟ ਬੜਾ ਸੋਹਣਾ ਸੀ, ਟੀਚਰ ਸੀ ਮੇਰੇ ਆਲੇ ਦੁਆਲੇ ਜਿਹੜੇ ਹਰ ਟਾਈਮ ਮੈਨੂੰ ਗਾਈਡ ਕਰਦੇ ਆ, ਅੱਜ ਵੀ ਕਰਦੇ ਆ, ਜਿਨ੍ਹਾਂ ਨੇ ਮੈਨੂੰ ਸਾਂਭਿਆ। ਸਰਦਾਰ ਰੁਪਏ ਸਿੰਘ ਜੀ ਗੁਰਸ਼ਰਨ ਭਾਅ ਜੀ ਨਾਲ ਥੀਏਟਰ ਕਰਦੇ ਹੁੰਦੇ ਸੀ, ਉੱਥੋਂ ਸਟਾਰਟਿੰਗ ਹੋਈ ਮੇਰੀ। ਅਤੇ ਉੱਥੋਂ ਹੀ ਉਹਨਾਂ ਨੇ ਮੈਨੂੰ ਐਜ਼ ਆ, ਜਾਣੀ ਕਿ ਮੇਰੇ ਫਾਦਰ ਸਾਹਿਬ ਹੀ ਨੇ, ਜਿੰਨੇ ਟੀਚਰ ਮੈਨੂੰ ਮਿਲੇ ਚੰਗੇ ਗੁਰੂ ਮਿਲੇ ਤਾਂ ਲਾਈਫ ਵੀ ਚੰਗੀ ਬਣ ਗਈ। ਇਸ ਕਰਕੇ ਉਹਨਾਂ ਨੂੰ ਲੱਗਿਆ ਕਿ ਯਾਰ ਗਲਤ ਪਾਸੇ ਤਾਂ ਜਾਂਦਾ ਨਹੀਂ, ਇਸ ਕਰਕੇ ਉਹਨਾਂ ਨੇ ਮੈਨੂੰ ਰੋਕਿਆ ਨਹੀਂ, ਅੱਜ ਵੀ ਉਹ ਮੈਨੂੰ ਰੋਕਦੇ ਨਹੀਂ ਇਸ ਕੰਮ ਨੂੰ ਕਰਨ ਨੂੰ। ਪਰ ਮੇਰਾ ਕਲੀਅਰ ਸੀ ਕਿ ਮੈਂ ਥੀਏਟਰ 'ਚ ਹੀ ਜਾਣਾ ਅੱਗੇ, ਫਿਲਮਾਂ ਬਾਰੇ ਸੋਚਿਆ ਨਹੀਂ ਸੀ, ਪਰ ਹੋ ਗਿਆ। ਨਹੀਂ, ਹੋ ਗਿਆ ਬਸ ਤਾਂ ਇੱਦਾਂ ਨਹੀਂ ਸੀ, ਬਟ ਜਦੋਂ ਕੰਮ ਚੱਲ ਰਿਹਾ ਸੀ ਨਾ, ਜਦੋਂ ਮੈਨੂੰ ਪਹਿਲਾਂ ਕਲੀਅਰ ਕੀਤਾ ਗਿਆ ਕਿ ਤੇਰਾ ਇੱਦਾਂ ਇੱਦਾਂ ਕਰੈਕਟਰ ਆ, ਮੈਨੂੰ ਲੱਗਿਆ ਕਿ ਯਾਰ ਫਸਟ ਕੰਮ ਹੈ, ਆਪਾਂ ਕੋਈ ਗਰਾਰੀ ਵੀ ਨਹੀਂ ਉਡਾ ਸਕਦੇ। ਪਰ ਇਹ ਚੰਗੀ ਗੱਲ ਸੀ ਮੈਨੂੰ ਕਿ ਬੰਦੇ ਜਿਹੜੀ ਕਾਸਟ ਹੋਈ ਆ, ਜਿਵੇਂ ਕਿੱਸਾ ਪੰਜਾਬ ਦੀ ਹੋਈ ਆ, ਵੀ ਉਹੀ ਬੰਦੇ ਲੈ ਗਏ ਨੇ ਜਿਹੜੇ ਵਾਕਈ ਜਿਹਨੂੰ ਦੇਖ ਕੇ ਲੱਗੇ ਕਿ ਇਹ ਬੰਦਾ ਉੱਥੇ ਫਿੱਟ ਹੁੰਦਾ ਸੀ।
ਤੋਂ ਜਦੋਂ ਕਾਸਟ ਹੋਏ ਤਾਂ ਐਜ਼ ਅ ਕੋਮੇਡੀ ਰੋਲ ਉਹਨਾਂ ਨੇ ਮੈਨੂੰ ਕੀਤਾ, ਪਰ ਮੇਰੀ ਮੈਨੂੰ ਐਂ ਸੀ ਯਾਰ ਕੋਮੇਡੀ ਤਾਂ ਕਰ ਹੀ ਲੈਂਦੇ ਹਾਂ ਕਿਉਂਕਿ ਮੋਸਟਲੀ ਮੈਨੂੰ ਰੋਲ ਥੀਏਟਰ 'ਚ ਵੀ ਕੋਮੇਡੀ 'ਚ ਮਿਲਦੇ ਸੀ। ਪਰ ਉਹਦੇ 'ਚ ਡਿਸਕਸ਼ਨ ਵਗੈਰਾ ਚੱਲੀ ਫਿਲਮ ਦੇ ਵਿੱਚ ਵਗੈਰਾ ਵਗੈਰਾ, ਮੈਨੂੰ ਇੰਨਾ ਤਾਂ ਪਤਾ ਨਹੀਂ ਸੀ ਕਿ ਸ਼ਾਇਦ, ਕਿਉਂਕਿ ਚੁਟਕਲਾ ਤਾਂ ਮੈਂ ਕੋਈ ਟਾਈਪ ਰੱਖਿਆ ਨਹੀਂ ਸੀ ਉਹ 'ਚ ਵੀ ਚੁਟਕਲੇ ਸੁਣਾ ਸਾ। ਸਿਚੁਏਸ਼ਨ ਸੀ ਕਿਉਂਕਿ ਪੰਜਾਬੀ ਸਿਨੇਮਾ 'ਚ ਪਤਾ ਹੀ ਹੈ ਕਿ ਜਿਹੜੀ ਚੀਜ਼ ਨਵੀਂ ਆ ਜੇ ਲੋਕ ਪਸੰਦ ਕਰਦੇ ਆ। ਮੈਨੂੰ ਲੱਗਦਾ ਸੀ ਕਿ ਜਿਹੜਾ ਕੰਮ ਅਸੀਂ ਥੀਏਟਰ 'ਚ ਸਿੱਖਦੇ ਰਹੇ ਹਾਂ ਕਿ ਨੈਚੁਰਲ ਲੈ ਕੇ ਜਿੰਨਾ ਲੱਗੇ ਵੀ ਉਹ ਬੰਦਾ ਇੱਦਾਂ ਦਾ, ਹਸਾਉਣਾ ਨਹੀਂ ਚਾਹੁੰਦਾ, ਉਹ ਹੈ ਹੀ ਇੱਦਾਂ ਦਾ, ਲੋਕ ਉੱਥੇ ਹੱਸਦੇ ਆ ਕਿ ਠੱਪਾ ਨਹੀਂ ਹੈ ਕਿ ਇਹ ਬੰਦਾ ਹਸਾਉਂਦਾ ਜੀ ਹਰੇਕ ਫਿਲਮ 'ਚ। ਇੱਦਾਂ ਮੇਰਾ ਟਾਰਗੇਟ ਸੀ, ਉਹ ਮੇਰਾ ਟਾਰਗੇਟ ਇਹੀ ਸੀ ਕਿ ਸਿਚੁਏਸ਼ਨ ਕੋਮੇਡੀ ਹੋਵੇ, ਜੇ ਹੋਵੇ ਉਹ 'ਚ ਮੈਂ ਸਫ਼ਰ ਰਿਹਾ। ਪਰ ਇੰਨਾ ਨਹੀਂ ਸੀ ਪਤਾ ਕਿ ਲੋਕ ਇੰਨਾ ਪਸੰਦ ਕਰਨਗੇ, ਮੈਨੂੰ ਐਂ ਸੀ ਠੀਕ ਠੀਕ ਜਿਹਾ ਹੋਊਗਾ, ਬਟ ਉਹ ਉਮੀਦ ਤੋਂ ਉਲਟਾ ਹੀ ਹੋ ਗਿਆ ਕੰਮ, ਪਤਾ ਨਹੀਂ ਕਿਵੇਂ। ਇੱਕ ਤਾਂ ਇਸ ਕਰਕੇ ਮੈਂ ਕਹਿਣਾ ਚਾਹੂੰਗਾ ਕਿ ਜਿਹੜੇ ਪੰਜਾਬੀ ਇੰਡਸਟਰੀ ਦੇ ਲਾਹਤਾਂ ਪਾਉਂਦੇ ਆ ਕਿ ਯਾਰ ਸਬਜੈਕਟ ਵਾਲੀ ਨਹੀਂ ਬਣਦੀ ਜਾਂ ਕਿਤੇ ਵੀ ਹੈ, ਖਾਸ ਕਰ ਸਾਡੇ ਥੀਏਟਰ ਵਾਲੇ ਬੰਦੇ ਬਹੁਤ ਕ੍ਰਿਟਿਕ ਕਰਦੇ, ਮੈਂ ਵੀ ਬਹੁਤ ਫਿਲਮਾਂ ਪਹਿਲਾਂ ਕ੍ਰਿਟਿਕ ਕਰਦਾ ਹੁੰਦਾ ਜੀ ਦੇਖ ਦੇਖ ਕੇ, ਜਿਹੜੀ ਫਿਲਮ ਆਉਣੀ ਯਾਰ ਕੀ ਕਰੀ ਜਾਂਦੇ ਆ ਕਿਵੇਂ ਕਰੀ ਜਾਂਦੇ ਆ। ਹੁਣ ਉਹ ਮੌਕਾ ਆਇਆ, ਹੁਣ ਫਰਕ ਇੰਨਾ ਹੀ ਹੈ ਕਿਉਂਕਿ ਇੱਥੇ ਅੰਨੇ ਘੋੜੇ ਦਾ ਦਾਨ ਵੀ ਬਣੀ ਹੈ ਫਿਲਮ, ਜਿਹਨੂੰ ਨੈਸ਼ਨਲ ਅਵਾਰਡ ਮਿਲੇ, ਨਾਬਰ ਵੀ ਬਣੀ, ਪਰ ਆਡੀਅੰਸ 'ਚ ਉਹ ਤੱਕ ਨਹੀਂ ਪਹੁੰਚ ਪਾਉਂਦੀ ਜਿਹੜੀ ਨੋਰਮਲ ਆਡੀਅੰਸ ਹੁੰਦੀ ਹੈ ਨਾ। ਆਰਟਿਸਟ ਬੰਦਾ ਤਾਂ ਦੇਖ ਲੈਂਦਾ ਯਾਰ ਉਹ ਫਿਲਮ ਬਣੀ ਸੀ, ਲੋਕਾਂ ਤੱਕ ਪਹੁੰਚਦੀ ਨਹੀਂ ਸੀ। ਕਿੱਸਾ ਪੰਜਾਬ ਇਸ ਕਰਕੇ ਕਿ ਉਹ ਫਿਲਮ ਵੀ ਉਸ ਤਰ੍ਹਾਂ ਦੀ ਹੈ, ਉਹਦਾ ਟਾਰਗੇਟ ਹੈ ਕਿ ਲੋਕਾਂ ਤੱਕ ਪਹੁੰਚੇ, ਤਾਂ ਹੀ ਇਸਦਾ ਇਸ ਤਰ੍ਹਾਂ ਦਾ ਸਿਨੇਮਾ ਪਾਪੂਲਰ ਹੋਊਗਾ। ਅਤੇ ਉਹਨਾਂ ਨੂੰ ਅਪੀਲ ਇਹੀ ਹੈ ਕਿ ਤੁਸੀਂ ਹਮੇਸ਼ਾ ਗਾਣੇ ਦੇਖ ਕੇ ਨਾ ਫਿਲਮ ਦੇਖਣ ਜਾਇਆ ਕਰੋ, ਫਿਲਮ 'ਚ ਗਾਣੇ ਹੁੰਦੇ ਆ ਨਾ ਕਿ ਗਾਣਿਆਂ ਕਰਕੇ ਫਿਲਮ ਹੁੰਦੀ ਹੈ, ਬਾਕੀ ਹਿਸਾਬ ਕਿਤਾਬ ਹਰੇਕ ਦਾ ਆਪੋ ਆਪਣਾ ਹੁੰਦਾ। ਅਤੇ ਮੈਨੂੰ ਲੱਗਦਾ ਫਿਲਮ ਕਾਫੀ ਹੱਦ ਤੱਕ ਜੇ ਸੁਪਰ ਹਿੱਟ, ਮੈਨੂੰ ਨਹੀਂ ਪਤਾ ਹੋਊਗੀ ਕਿ ਨਹੀਂ, ਪਰ ਇੱਕ ਫਿਲਮ ਜਿਹੜਾ ਬੰਦਾ ਦੇਖੂਗਾ ਜੋ ਫਿਲਮ ਚੰਗੀ ਕਹੂੰਗਾ, ਸਾਡੇ ਲਈ ਤਾਂ ਉਹੀ ਸੁਪਰ ਹਿੱਟ।